ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ, ਜਿਸ ਤਹਿਤ ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ ਵੱਲੋਂ 19 ਸਤੰਬਰ ਤੋਂ ਪਲੈਟਫਾਰਮ ਨੰਬਰ 5 ਅਤੇ 6 ਨੂੰ ਦੁਬਾਰਾ ਬੰਦ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਦੋਵੇਂ ਪਲੈਟਫਾਰਮ 10 ਦਿਨਾਂ ਲਈ ਬੰਦ ਰਹਿਣਗੇ। ਇਸ ਦੌਰਾਨ ਰੇਲਵੇ ਅਧਿਕਾਰੀਆਂ ਵੱਲੋਂ ਕਰੀਬ 6 ਟ੍ਰੇਨਾਂ ਨੂੰ ਪਲੈਟਫਾਰਮ 2 ਅਤੇ 3 'ਤੇ ਸ਼ਿਫਟ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਪਲੈਟਫਾਰਮਾਂ 'ਤੇ ਪਿੱਲਰ ਤਿਆਰ ਹੋ ਗਏ ਨੇ, ਹੁਣ ਉਹਨਾਂ 'ਤੇ ਗਾਰਡਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਹੈ, ਜੋ ਚੰਡੀਗੜ੍ਹ ਅਤੇ ਪੰਚਕੂਲਾ ਦੇ ਦੋਵਾਂ ਸਿਰਿਆਂ ਨੂੰ ਜੋੜਨਗੇ। ਰੇਲਵੇ ਸਟੇਸ਼ਨ ਦੇ ਦੋਵਾਂ ਸਿਰਿਆਂ 'ਤੇ 12 ਮੀਟਰ ਚੌੜੇ 2 ਫੁੱਟ ਓਵਰ ਬ੍ਰਿਜ ਇੱਕ ਕਾਲਕਾ ਅਤੇ ਦੂਜਾ ਸਟੇਸ਼ਨ ਦੇ ਅੰਬਾਲਾ ਸਿਰੇ 'ਤੇ ਬਣਾਇਆ ਜਾਵੇਗਾ। ਕਾਲਕਾ ਵੱਲ ਬਣੇ ਓਵਰ ਬ੍ਰਿਜ ਤੋਂ ਯਾਤਰੀ ਸਿੱਧੇ ਚੰਡੀਗੜ੍ਹ ਪੰਚਕੂਲਾ ਦੇ ਪਾਰਕਿੰਗ ਏਰੀਆ 'ਚ ਪਹੁੰਚਣਗੇ, ਜਦਕਿ ਅੰਬਾਲਾ ਵੱਲ ਬਣੇ ਓਵਰ ਬ੍ਰਿਜ ਤੋਂ ਯਾਤਰੀ ਇਮਾਰਤ ਦੇ ਅੰਦਰ ਜਾਣਗੇ। RLDAA ਵੱਲੋਂ ਸਾਰੇ ਪਲੈਟਫਾਰਮਾਂ ਅਤੇ ਓਵਰ ਬ੍ਰਿਜ ਲਈ ਪਿੱਲਰ ਲਗਾ ਦਿੱਤੇ ਗਏ ਨੇ। ਹੁਣ ਓਵਰ ਬ੍ਰਿਜ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ, ਜਿਸ 'ਤੇ ਕੰਪਨੀ ਨੇ ਗਾਰਡਰ ਵਿਛਾਉਣ ਦਾ ਕੰਮ ਕਰਨਾ ਹੈ, ਜਿਸ ਤਹਿਤ ਪਹਿਲਾ ਪਲੈਟਫਾਰਮ ਨੰਬਰ 5 ਅਤੇ 6 ਨੂੰ ਬਲੌਕ ਕੀਤਾ ਜਾਵੇਗਾ। ਇਸ ਤੋਂ ਬਾਅਦ ਪਲੈਟਫਾਰਮ ਨੰਬਰ 3 ਅਤੇ 4 ਅਤੇ ਉਸ ਤੋਂ ਬਾਅਦ ਪਲੈਟਫਾਰਮ ਨੰਬਰ 1 ਅਤੇ 2 ਨੂੰ ਬਲੌਕ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰੇ ਬਲੌਕ ਵੱਖੋ ਵੱਖ ਮਿਤੀਆਂ ਨੂੰ ਬੰਦ ਰਹਿਣਗੇ, ਜਿਸ ਲਈ ਰੇਲਵੇ ਬੋਰਡ ਤੋਂ ਇਜਾਜ਼ਤ ਮੰਗੀ ਗਈ ਹੈ। ਪਲੈਟਫਾਰਮ ਨੰਬਰ 5 ਅਤੇ 6 ਨੂੰ ਬੰਦ ਹੋਣ ਕਾਰਨ ਕੁਝ ਟ੍ਰੇਨਾਂ ਨੂੰ ਪਲੈਟਫਾਰਮ ਨੰਬਰ 2 ਅਤੇ 3 'ਤੇ ਸ਼ਿਫਟ ਕੀਤਾ ਜਾਵੇਗਾ।